ਗੁਰੂ ਰੂਪਿਆਰੀ ਸਾਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈ ਬਹੁਤ ਥੋੜੇ ਲਫ਼ਜ਼ਾਂ ਵਿੱਚ ਇਹ ਦਰਸਾਇਆ ਹੈ ਕਿ ਹਉਮੈ ਦਾ ਤਿਆਗ ਕਰਕੇ ਅਸਾਂ ਨਫੀ ਨਹੀਂ ਹੋਣਾ ਹੰਕਾਰ ਦੀ ਚੜ੍ਹਾਈ ਤੋਂ ਏਠਾ ਉਤਰ ਕੇ ਆਉਣਾ ਹੈ ਪਰ ਫਿਰ ਚੜ੍ਹਾਈ ਚੜਨਾ ਤੇ ਚੜ੍ਹਦੀਆਂ ਕਲਾਇਆਂ ਨੇ ਪੋਜ਼ਿਟਿਵਿਟੀ ਵਿੱਚ ਜਾਣਾ ਹੈ ਜਿਸ ਲਈ ਅਸਾਂ ਤਿੰਨ ਗੱਲਾਂ ਕਰਨੀਆਂ ਹਨ ਉਹ ਕਿੜੀਆਂ ਹਨ ਆਉ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਹਉਮੇ ਦਾ ਤਿਆਗ ਕਰਕੇ ਅਸਾਂ ਨਫੀ ਨਹੀਂ ਹੋਣਾ ਅਹੰਕਾਰ ਦੀ ਚੜ੍ਹਾਈ ਤੋਂ ਉਤਰ ਕੇ ਅਸਾਂ ਏਠਾ ਆਉਣਾ ਹੈ ਫਿਰ ਆਤਮਦਰਸ਼ਨ ਦੀ ਸਮਾਧੀ ਵਿੱਚੂ ਇਹ ਵਾਂਖੜ ਵਿੱਚ ਨਹੀਂ ਬੈਠ ਰਹਿਣਾ ਇਸ ਨਫੀ ਤੋਂ ਫਿਰ ਚੜ੍ਹਾਈ ਚੜਨਾ ਤੇ ਚੜ੍ਹਦੀ ਕਲਾ ਯਾਨੀ ਪੋਜ਼ਿਟਿਵਿਟੀ ਵਿੱਚ ਜਾਣਾ ਹੈ ਸਾਡੇ ਵਿੱਚੋਂ ਪਰਉਪਕਾਰ ਦਾ ਆਪ ਮੁਹਾਰਾ ਉਮਹਾ ਫੁੱਟਣਾ ਹੈ ਜੋ ਕਰਨਾ ਹੈ ਉਹ ਭਲਾ ਕੰਮ ਕਰਨਾ ਹੈ ਬ੍ਰह्म ज्ञानी ਕਹਿ ਹੋਏ ਸੁਪਲਾ ਅਸਾਂ ਤਿੰਨ ਗੱਲਾਂ ਕਰਨੀਆਂ ਹਨ ਆਚਰਣ ਸ਼ੁੱਧ ਜਿਸ ਵਿੱਚ ਰਹਿਤ ਵੀ ਆ ਜਾਂਦੀ ਹੈ ਬਾਣੀ ਸ਼ੁੱਧ ਤੇ ਸਿਮਰਨ ਹਾਂਜੀ ਫਿਰ ਦੁਹਰਾ ਲਈ ਕਿ ਹਉਮੈ ਦਾ ਤਿਆਗ ਕਰਕੇ ਅਸਾਂ ਨਫੀ ਨਹੀਂ ਹੋਣਾ ਹੰਕਾਰ ਦੀ ਚੜ੍ਹਾਈ ਤੋਂ ਉੱਤਰ ਕੇ ਅਸਾਂ ਇੱਥਾ ਆਉਣਾ ਹੈ ਫਿਰ ਆਤਮਦਰਸ਼ਨ ਦੀ ਸਮਾਧੀ ਵਿੱਚ ਉਹ ਵਾਂਖ ਖੁੱਡ ਵਿੱਚ ਨਹੀਂ ਬੈਠ ਰਹਿਣਾ ਇਸ ਨਫੀ ਤੋਂ ਫਿਰ ਚੜ੍ਹਾਈ ਚੜਨਾ ਤੇ ਚੜ੍ਹਦੀ ਕਲਾ ਯਾਨੀ ਪੋਜ਼ਿਟਿਵਿਟੀ ਵਿੱਚ ਜਾਣਾ ਹੈ ਸਾਡੇ ਵਿੱਚੋਂ ਪਰਉਪਕਾਰ ਦਾ ਆਪ ਮੁਹਾਰਾ ਉਮਹਾ ਫੁੱਟਣਾ ਹੈ ਜੋ ਕਰਨਾ ਹੈ ਉਹ ਪਲਾ ਕੰਮ ਕਰਨਾ ਹੈ ਬ੍ਰह्म ज्ञानी ਕਹਿ ਹੋਏ ਸੁਪਲਾ ਅਸਾਂ ਤਿੰਨ ਗੱਲਾਂ ਕਰਨੀਆਂ ਹਨ ਆਚਰਣ ਸ਼ੁੱਧ ਜਿਸ ਵਿੱਚ ਰਹਿਤ ਵੀ ਆ ਜਾਂਦੀ ਹੈ ਬਾਣੀ ਸ਼ੁੱਧ ਤੇ ਸਿਮਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ